ਬੱਚੇ ਬਹੁਤ ਲਾਇਕ ਨੇ ਪੰਜਾਬ ਪੁਲਿਸ ਬਰਾਗੀ ਸਾਧਾਂ ਦੇ ਦਰਖਾਸਤਾਂ ਦੇ ਉੱਪਰ ਉਹਨਾਂ ਨੂੰ ਨਜਾਇਜ਼ ਤੰਗ ਕਰਦੀ ਹੈ, ਉਹਨਾਂ ਦੇ ਹੱਥ ਕੰਡੇ ਲਾਉਂਦੀ ਹੈ। ਕਿਉਂ ਵੀ ਤੁਸੀਂ ਸਰਕਾਰ ਦੇ ਖਿਲਾਫ਼ ਕਿਉਂ ਬੋਲਦੇ ਹੋ? ਮੈਨੂੰ ਜੀ ਘੱਟੋ ਘੱਟ ਅੱਜ ਤਾਈਂ 70 ਤੋਂ ਲੈ ਕੇ 1907 ਘੱਟੋ 50-60 ਦਫ਼ਾ 751 ਕਰਕੇ ਜੇਲ੍ਹਾਂ 'ਚ ਮੈਨੂੰ ਬੰਦ ਕੀਤਾ। ਉਹ ਜਿਹੜੇ ਵਿਰਾਗੀ ਸਾਧ ਨੇ ਉਹਨਾਂ ਅਰਬਾਂ ਰੁਪਏ ਦੀ ਸਰਕਾਰੀ ਜਾਇਦਾਦ ਹੈ, ਉਹ ਇਹਨਾਂ ਨੂੰ ਰਿਸ਼ਵਤਖੋਰੀਆਂ ਕਰਕੇ ਦਿੰਦੇ ਨੇ। ਸਾਡੇ ਕੋਲ ਪੈਸਾ ਨਹੀਂ ਹੈ ਦੇਣ ਨੂੰ, ਤਾਂ ਸਾਨੂੰ ਨਜਾਇਜ਼ ਤੌਰ 'ਤੇ ਤੰਗ ਕਰਦੇ ਨੇ। ਜੋ ਸਾਡੇ ਰਿਸ਼ੀਆਂ ਮੁਨੀਆਂ ਪੀਰ ਪੈਗੰਬਰਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ, ਮਰਨੀ ਮਰ ਜਾਓ ਪਰ ਆਪਦਾ ਧਰਮ ਨਾ ਛੱਡੋ। ਸਾਨੂੰ ਇਹ ਯਕੀਨ ਹੈ ਕਿ ਅਖੀਰ ਨੂੰ ਰਾਵਣ ਅਤੇ ਰਾਮ ਦਾ ਯੁੱਧ ਹੋਇਆ, ਜਿੱਤ ਕਿਸਦੀ ਹੋਈ? ਰਾਮ ਭਗਵਾਨ ਦੀ। ਰਾਵਣ ਪਾਪੀ ਸੀ ਅਤੇ ਸਾਨੂੰ ਇੰਨੀਆਂ ਗੰਦੀਆਂ ਗੱਲਾਂ ਕੱਢੀਆਂ ਧੀਆਂ ਭੈਣਾਂ ਦੀਆਂ, ਸਾਡੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਉਹ ਲਫ਼ਜ਼ ਜਿਹੜੇ ਉਹਨਾਂ ਨੇ ਸਾਨੂੰ ਕਹੇ। ਇਹ ਪੁਲਿਸ ਤਾਂ ਬਹੁਤ ਸ਼ਿੱਦਤ ਕਰਦੀ ਹੈ ਜੀ। ਇਹ ਖਬਰ ਉਹਨਾਂ ਲੋਕਾਂ ਦੇ ਲਈ ਜੋ ਸਮਾਜ ਦੇ ਵਿੱਚ ਹੋ ਰਹੇ ਗਲਤ ਕੰਮਾਂ ਨੂੰ ਦੇਖ ਕੇ ਵੀ ਅੱਖਾਂ ਮੀਚ ਲੈਂਦੇ ਨੇ। ਅੱਜ ਅਸੀਂ ਪਹੁੰਚੇ ਸੀ ਸਿਵਲ ਸਕੱਤਰੇਤ ਪੰਜਾਬ, ਪਰ ਜੋ ਕੁਝ ਅਸੀਂ ਵੇਖਿਆ ਅਸੀਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਵੀ ਵਿਖਾਇਆ ਜਾਵੇ। ਸਭ ਤੋਂ ਪਹਿਲਾਂ ਸਿਵਲ ਸਕੱਤਰੇਤ ਦੀ ਜੋ ਐਂਟਰੀ ਹੈ ਇੱਕ ਵਾਰ ਤੁਹਾਨੂੰ ਵਿਖਾਉਣਾ ਚਾਹਾਂਗੇ ਕਿ ਵਾਕਈ ਅਸੀਂ ਸਿਵਲ ਸਕੱਤਰੇਤ ਪਹੁੰਚੇ ਹਾਂ, ਪੰਜਾਬ ਸਿਵਲ ਸਕੱਤਰੇਤ। ਅਤੇ ਜੇਕਰ 10 ਕਦਮ ਹੋਰ ਅੱਗੇ ਜਾਈਏ ਤਾਂ ਸਿਵਲ ਸਕੱਤਰੇਤ ਦੀ ਤੁਹਾਨੂੰ ਬਿਲਡਿੰਗ ਵੀ ਨਜ਼ਰ ਆਵੇਗੀ। ਇਹ ਹੈ ਸਿਵਲ ਸਕੱਤਰੇਤ ਦੀ ਉਹ ਬਿਲਡਿੰਗ ਜਿੱਥੇ ਮੰਤਰੀ, ਸੰਤਰੀ, ਅਫਸਰ, ਮੁੱਖ ਮੰਤਰੀ ਸਾਰੇ ਬੈਠਦੇ ਨੇ। ਪਰ ਅਫਸੋਸ ਦੀ ਗੱਲ ਕਿ ਜੋ ਗੱਲ ਜਾਂ ਜੋ ਨਜਾਇਜ਼ ਕਬਜ਼ੇ ਇਸ ਬਜ਼ੁਰਗ ਜੋੜੇ ਨੂੰ ਦਿਖੇ ਉਹ ਇਹਨਾਂ ਸਾਰਿਆਂ ਨੂੰ ਨਹੀਂ ਦਿਖੇ। ਮਜਬੂਰਨ ਇਹਨਾਂ ਨੂੰ ਧਰਨੇ 'ਤੇ ਬਹਿਣਾ ਪਿਆ ਸਿਵਲ ਸਕੱਤਰੇਤ ਦੇ ਠੀਕ ਬਾਹਰ। ਗੱਲਬਾਤ ਕਰਾਂਗੇ, ਅਸੀਂ ਅਚਨਚੇਤ ਲੰਘਦੇ ਪਏ ਸੀ ਤਾਂ ਨਜ਼ਰ ਪਈ ਤਾਂ ਸੋਚਿਆ ਕਿ ਉਹਨਾਂ ਗੱਲਬਾਤ ਕੀਤੀ ਜਾਵੇ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਕੀ ਨਾਮ ਹੈ ਤੁਹਾਡਾ ਅਤੇ ਤੁਸੀਂ ਕਿਉਂ ਧਰਨੇ 'ਤੇ ਬੈਠੇ ਹੋ? ਮੇਰੇ ਸੁਣਨ 'ਚ ਆਇਆ 11 ਦਿਨ ਤੁਹਾਨੂੰ ਹੋ ਚੁੱਕੇ ਨੇ ਇੱਥੇ ਬੈਠਿਆਂ ਨੂੰ। ਹਾਂਜੀ ਬਾਬਾ ਜੀ, ਕੀ ਮਾਮਲਾ ਹੈ? ਸਾਡਾ ਮਸਲਾ ਇਹ ਹੈ ਜੀ, ਜੋ ਰਾਜੇ ਮਹਾਰਾਜਾ ਨੇ ਜ਼ਮੀਨਾਂ ਜਾਇਦਾਦਾਂ ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਦਿੱਤੀਆਂ ਸੀ ਵੀ ਉਹਨਾਂ ਦੇ ਬਿਰਧ ਆਸਰਮ ਖੋਲ੍ਹੇ ਜਾਣ, ਬਾਲ ਆਸਰਮ ਖੋਲ੍ਹੇ ਜਾਣ, ਗਰੀਬਾਂ ਦੇ ਭਲੇ ਲਈ ਅਰਬਾਂ ਰੁਪਏ ਦੀ ਸਰਕਾਰ ਦੀ ਜਾਇਦਾਦ ਦੀ ਵਰਤੋਂ ਹੋਵੇ। ਔਰ ਜੋ ਮਸਲਾ ਇਹ ਅਸੀਂ 1970 ਤੋਂ ਲੈ ਕੇ ਕਾਰਵਾਈਆਂ ਕਰ ਰਹੇ ਹਾਂ, ਸਾਡੀ ਬਚਪਨ ਦੇ ਵਿੱਚ ਹੀ 89 ਸਾਲ ਦੀ ਉਮਰ ਹੋ ਗਈ, 60% ਬਚਪਨ ਤੋਂ ਹੀ ਖਰਾਬ ਸੀ। ਮਤਲਬ ਤੁਸੀਂ ਤੁਹਾਡੀ ਵਿਜੀਬਿਲਿਟੀ ਸਿਰਫ 40% ਹੈ, ਤੁਹਾਨੂੰ 40% ਦਿਖਦਾ, 60% ਦਿਖਦਾ ਸੀ ਜੀ। ਅੱਛਾ, ਹੁਣ ਤਾਂ ਜੀ 15 ਸਾਲ ਹੋ ਗਏ ਖਤਮ ਹੋ ਗਈ ਜਮੀ। ਅੱਛਾ, 15 ਸਾਲ ਹੋ ਗਈ ਜਿਵੇਂ ਨਵਾਂ ਖਤਮ ਹੋ ਗਈ। ਹੁਣ ਤਾਂ ਜੀ ਘਰਦਿਆਂ ਨੂੰ ਨਾਲ ਲੈ ਕੇ ਅਸੀਂ ਚੱਲਦੇ ਹਾਂ, ਤੁਰਿਆ ਫਿਰਿਆ ਨਹੀਂ ਜਾਂਦਾ ਸਭ ਤੋਂ। ਅਤੇ ਬਾਬਾ ਜੀ ਮਸਲਾ ਕੀ ਹੈ, ਤੁਸੀਂ ਬੈਠੇ ਹੋ, ਕੀ ਨਾਰਾਜ਼ਗੀ ਹੈ, ਕੀ ਤੁਹਾਡਾ ਮਸਲਾ ਹੈ? ਮਸਲਾ ਇਹ ਹੈ ਜੀ, ਜੋ ਰਾਜੇ ਮਹਾਰਾਜਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਲੋਕਾਂ ਨੂੰ ਦਾਨ ਦਿੱਤੀਆਂ ਸਨ ਜੀ ਵੀ ਗਰੀਬਾਂ ਦੇ ਭਲੇ ਲਈ ਵਰਤੀਆਂ ਜਾਣ, ਉਹ ਜਿਹੜੇ ਵਿਰਾਗੀ ਸਨਿਆਸੀ ਉਦਾਸੀ ਮਹੰਤ ਨੇ ਇਹ 3 ਰੁਪਏ ਦੇ ਸਟਾਮਾਂ 'ਤੇ ਵੇਚਣ ਲੱਗ ਗਏ, ਰਜਿਸਟਰੀਆਂ ਹੋਣ ਲੱਗ ਗਈਆਂ 1982 ਦੇ ਵਿੱਚ ਮਹੀਨੇ,
ਕੇਂਦਰ ਸਰਕਾਰ ਦੇ ਹੁਕਮ ਨਾਲ ਜਿੰਨੀਆਂ ਵੀ ਰਜਿਸਟਰੀਆਂ 82 ਤੋਂ ਪਹਿਲਾਂ ਹੋਈਆਂ ਸੀ ਉਹ ਸਾਰੀਆਂ ਖਤਮ ਕਰਤੀਆਂ ਔਰ ਹਰ ਜ਼ਿਲ੍ਹੇ ਦੇ DC ਨੂੰ ਹਦਾਇਤ ਕੀਤੀ ਗਈ ਕਿ ਇਹਨਾਂ ਦੀ ਆਮਦਨ ਕਿੰਨੀ ਕਿੰਨਾ ਖਰਚਾ ਹੋਇਆ ਹਿਸਾਬ ਕਿਤਾਬ ਲਿੱਤਾ ਜਾਵੇ, ਸਾਰਾ ਵੇਰਵਾ ਰੱਖਿਆ ਜਾਵੇ ਪਰ ਕਿਸੇ DC ਨੇ ਵੇਰਵਾ ਨਹੀਂ ਰੱਖਿਆ ਨਾ ਹਿਸਾਬ ਕਿਤਾਬ ਲਿੱਤਾ। ਉਸ ਤੋਂ ਬਾਅਦ 1996 ਦੇ ਵਿੱਚ ਕੇਂਦਰ ਸਰਕਾਰ ਨੇ ਦੇ ਹੁਕਮ ਦੇ ਨਾਲ ਚੀਫ ਸੈਕਟਰੀ ਪੰਜਾਬ ਨੇ ਪਿਆਰਾ ਸਿੰਘ SHO ਧਨੌਲਾ ਉਸ ਦੇ ਰਾਹੀਂ ਨਾਇਬ ਤਹਿਸੀਲਦਾਰ ਨੂੰ 28 ਸੋਭੇ ਕੇ ਜ਼ਮੀਨ ਦਾ ਕਬਜ਼ਾ ਦਿੱਤਾ ਗਿਆ ਜੀ। ਉਸ ਦੇ ਵਿੱਚ ਜਿੰਨੀਆਂ ਦੁਕਾਨਾਂ ਮਕਾਨ ਪੈਟਰੋਲ ਪੰਪ ਬਣੇ ਹੋਏ ਸੀ ਉਹ ਸਾਰੇ ਨਾਇਬ ਤਹਿਸੀਲਦਾਰ ਦੇ ਕਬਜ਼ੇ ਵਿੱਚ ਕਰਾਤੇ ਜੀ। ਭਾਰਤੀ ਪੈਟਰੋਲ ਪੰਪ ਦਾ ਕਿਰਾਇਆ 10,000 ਰੁਪਈਆ ਪ੍ਰਤੀ ਮਹੀਨਾ ਜੀ, ਆਲੋ ਵਾਲੀਆ ਪੈਟਰੋਲ ਪੰਪ ਦਾ 10,000 ਰੁਪਈਆ ਮਹੀਨਾ, ਦੁਕਾਨਾਂ ਦੇ ਮਕਾਨਾਂ ਦੇ ਕਿਰਾਏ ਮੁਕਰਰ ਕਰਤੇ ਜੀ। 6-7 ਸਾਲ 8 ਸਾਲ ਦੁਕਾਨਾਂ ਦੇ ਮਕਾਨਾਂ ਦੇ ਕਿਰਾਏ ਖਜ਼ਾਨੇ ਵਿੱਚ ਜਾਂਦੇ ਰਹੇ ਔਰ ਜੋ ਭਾਰਤੀ ਪੈਟਰੋਲ ਪੰਪ ਸੀ ਉਸ ਨੇ 31/12/1996 ਤੱਕ 3 ਮਹੀਨੇ ਦਾ ਕਿਰਾਇਆ ਭਰ ਕੇ ਖੋਲ੍ਹਣ ਦੀ ਆਗਿਆ ਦਿੱਤੀ ਕਿ ਮੈਂ ਹਰ ਮਹੀਨੇ ਖਜ਼ਾਨੇ ਵਿੱਚ ਜਮ੍ਹਾਂ ਕਰਾਊਂ ਪੈਸਾ, ਪਰ ਉਸ ਨੇ ਨਹੀਂ ਕਰਾਇਆ। ਜੋ ਆਲੂ ਵਾਲੇ ਪੈਟਰੋਲ ਪੰਪ ਸੀ ਉਹ ਨਰਭੈਰ ਸਿੰਘ ਬਾਲੀਆ ਐਸਲੀਮ ਦੇ ਰਿਸ਼ਤੇਦਾਰਾਂ ਦਾ ਸੀਗਾ, ਉਹਨਾਂ ਨੇ ਇੱਕ ਪੈਸਾ ਵੀ ਜਮ੍ਹਾਂ ਨਹੀਂ ਕਰਾਇਆ। ਉਹਨੇ ਉਸ ਪੈਟਰੋਲ ਪੰਪ ਦੀ ਆੜ ਦੇ ਵਿੱਚ ਸਾਰੇ 2,500 ਵਿਘੇ ਜ਼ਮੀਨ ਦੇ ਕਬਜ਼ੇ ਛੱਡ ਦਿੱਤੇ। ਦਾਸ ਨੇ ਫਿਰ ਜਾ ਕੇ ਰੌਲਾ ਪਾਇਆ ਚੰਡੀਗੜ੍ਹ ਚੀਫ ਸੈਕਟਰੀ ਨੂੰ। ਚੀਫ ਸੈਕਟਰੀ ਸਾਹਿਬ ਨੇ ਹੁਕਮ ਜਾਰੀ ਕੀਤਾ ਕਿ ਜੋ ਜੋ ਮੁਕੱਦਮੇ, ਇਹ ਹਾਈ ਕੋਰਟ ਦੇ ਵਿੱਚ 5 ਮੁਕੱਦਮੇ ਚੱਲਦੇ ਨੇ ਧਨੌਲੇ ਦੇ ਡੇਰਿਆਂ ਦੇ, ਜਿੰਨੀ ਦੇਰ ਤੱਕ ਇਸਦਾ ਆਖਰੀ ਫੈਸਲਾ ਨਹੀਂ ਹੁੰਦਾ ਇਹ 2,500 ਵਿਘੇ ਜ਼ਮੀਨ ਦੀ ਆਮਦਨ ਨੂੰ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਵੇ। ਇਹ ਗੱਲ ਵੀ ਸਪਸ਼ਟ ਕੀਤੀ ਜਾਂਦੀ ਹੈ ਕਿ 15 ਦਿਨਾਂ ਦੇ ਵਿੱਚ ਇਹ ਚਿੱਠੀ ਦਾ ਜਵਾਬ ਗੋਪਾਲ ਕ੍ਰਿਸ਼ਨ ਦੁੱਗਲ ਨੂੰ ਦਿੱਤਾ ਜਾਵੇ ਅਤੇ ਸਾਨੂੰ ਸਰਕਾਰ ਨੂੰ ਦਿੱਤਾ ਜਾਵੇ, ਪਰ ਅੱਜ ਤਾਈਂ ਚਿੱਠੀ ਦਾ ਜਵਾਬ ਨਹੀਂ ਮਿਲਿਆ। 15 ਦਿਨ ਹੋਏ ਨਹੀਂ ਅੱਜ ਤੱਕ ਨਾ ਜੀ। ਅਤੇ ਹੁਣ ਉਹ ਖਜ਼ਾਨੇ 'ਚ ਪੈਸੇ ਆ ਰਹੇ ਨੇ ਉਸ ਜ਼ਮੀਨ ਦੇ ਜਾਂ ਨਹੀਂ ਆ ਰਹੇ? ਸਰਕਾਰੀ ਜ਼ਮੀਨ ਦੇ ਨਹੀਂ ਆ ਰਹੇ ਜੀ, ਉਹ ਅਫਸਰ ਖਾ ਰਹੇ ਨੇ ਜੀ। ਕਬਜ਼ਾ ਬਰਕਰਾਰ ਹੈ? ਕਬਜ਼ਾ ਲੋਕਾਂ ਦਾ ਬਰਕਰਾਰ ਹੈ ਜੀ, ਸਰਕਾਰ ਦਾ ਨਹੀਂ। ਕਾਗਜ਼ਾਂ ਵਿੱਚ ਕਬਜ਼ਾ ਸਰਕਾਰ ਦਾ ਬਰਕਰਾਰ ਹੈ। ਕਿੰਨੀ ਬਾਬਾ ਜੀ ਜ਼ਮੀਨ ਹੋਣੀ ਹੈ ਉੱਥੇ? ਉਹ ਧਨੌਲੇ 2,500 ਵਿਘੇ ਜ਼ਮੀਨ ਤਾਂ ਜੀ ਸਰਕਾਰ ਦੀ ਹੈ, 1,300 ਕਨਾਲ ਜਵਾ ਆਬਾਦੀ ਦੇ ਬਸਿੰਦਗਾਨ ਦੀ ਹੈ। ਕਿਉਂਕਿ ਸਾਡਾ ਪਿੰਡ ਜਿਹੜਾ ਮਹਾਰਾਜਾ ਨਾਭਾ ਦੀ ਰਾਜਧਾਨੀ ਸੀ, ਉਸ ਦੇ ਵਿੱਚ ਵੱਡੇ ਵੱਡੇ ਬਾਗ ਬਗੀਚੇ ਤਲਾਅ ਖੂਹ ਬਣਾਏ ਹੋਏ ਸੀ। ਉੱਥੇ ਮਹਾਰਾਜਾ ਨੇ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ, ਬੜੀ ਦੁਨੀਆਂ 'ਚ ਮਸ਼ਹੂਰ ਹੈ। ਉਸ ਦੇ ਵਿੱਚ ਉਹ ਤਲਾਅ ਡੰਗਰਾਂ ਦੇ ਪਾਣੀ ਪੀਣ ਦੇ ਲਈ ਅਲੱਗ, ਨਹਾਉਣ ਦੇ ਲਈ ਅਲੱਗ, ਬੀਬੀਆਂ ਦੇ ਅਲੱਗ ਨਹਾਉਣ ਨੂੰ, ਬਜ਼ੁਰਗਾਂ ਦੇ ਅਲੱਗ ਨਹਾਉਣ ਨੂੰ, ਧੋਬੀ ਦੇ ਕੱਪੜੇ ਧੋਣ ਨੂੰ ਅਲੱਗ ਪੋਰਸ਼ਨ ਬਣੇ ਹੋਏ ਸੀ। ਉਸ ਨੇ ਉਹ ਸਾਰੇ ਟੋਭੇ ਤਲਾਅ ਬੰਦ ਕਰਾ ਕੇ ਨਜਾਇਜ਼ ਕਬਜ਼ੇ ਕਰਾਤੇ ਲੋਕਾਂ ਦੇ, ਅੱਜ ਵੀ ਕਬਜ਼ੇ ਨਜਾਇਜ਼ ਨੇ। ਔਰ ਅੱਜ ਵੀ ਧਨੌਲੇ ਦੇ ਵਿੱਚ ਸਾਡੇ ਨਾਲ ਤਲਾਅ ਵਾਲਾ ਡੇਰਾ ਹੈ ਜੀ, ਉਸ ਜ਼ਮੀਨ ਵਿੱਚ ਲਗਭਗ 300 ਵਿਘੇ ਜ਼ਮੀਨ ਹੈ ਔਰ ਉਸਦੀ ਅੱਜ ਵੀ ਉਸਾਰੀਆਂ ਹੋ ਰਹੀਆਂ ਨੇ। ਜਦੋਂ ਅਸੀਂ DC ਨੂੰ ਮਿਲਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਕੋਈ ਪਤਾ ਨਹੀਂ, ਉੱਪਰ ਜਾਓ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ। ਅਤੇ ਹੁਣ ਤੁਸੀਂ 11 ਦਿਨ ਤੋਂ ਇੱਥੇ ਬੈਠੇ ਹੋ, ਇਹ ਐਂਟਰੀ ਗੇਟ ਹੈ ਸੈਕਟਰੀਏਟ ਦਾ, ਇੱਥੇ ਕਈ ਅਫਸਰ ਵੀ ਨਿਕਲਦੇ ਨੇ, ਤੁਹਾਨੂੰ ਕਦੇ ਕਿਸੇ ਨੇ ਪੁੱਛਿਆ ਜਾਂ ਤੁਸੀਂ ਅੰਦਰ ਅਰਜ਼ੀ ਪਹੁੰਚਾਈ ਆਪਣੀ? ਨਾ ਜੀ, ਸਾਨੂੰ ਕਿਸੇ ਨੇ ਨਹੀਂ ਪੁੱਛਿਆ ਜੀ। ਜਿਹੜੇ 30 ਜੂਨ ਨੂੰ ਅਸੀਂ ਗਵਰਨਰ ਸਾਹਿਬ ਨੂੰ ਮਿਲੇ, ਗਵਰਨਰ ਸਾਹਿਬ ਨੇ ਸਾਡੀਆਂ ਦਰਖਾਸਤਾਂ ਲੈ ਕੇ ਸਾਨੂੰ ਪੰਜਾਬ ਦੇ ਹੋਰ ਸਰਕਾਰੀ ਜ਼ਮੀਨਾਂ ਦੇ ਜੋ ਮਸਲੇ ਸੀ ਉਸ ਦੇ ਵੀ ਕਾਗਜ਼ ਦਿੱਤੇ ਕਿ ਮੈਂ FCR ਨੂੰ ਕਾਗਜ਼ੇ ਭੇਜ ਚੁੱਕਿਆ, ਤੁਸੀਂ FCR ਨੂੰ ਮਿਲੋ। 12 ਜੁਲਾਈ ਨੂੰ
ਐਫਸੀਆਰ ਨੂੰ ਜੋ ਚਿੱਠੀ ਗਵਰਨਰ ਸਾਹਿਬ ਨੇ ਦਿੱਤੀ ਉਹ ਮੇਰੇ ਕੋਲ ਮੌਜੂਦ ਹੈ। ਹੁਣ ਅਸੀਂ ਐਫਸੀਆਰ ਫਿਰ ਅਸੀਂ ਟ੍ਰਿਬਿਊਨ ਦਫ਼ਤਰ ਦੇ ਘਰਾਓ ਕੀਤਾ ਜੀ, ਉੱਥੇ ਦੀ ਪੁਲਿਸ ਆਈ, ਉਹਨਾਂ ਨੇ ਸਾਨੂੰ ਹਾਈਕੋਰਟ ਦੇ ਜੱਜ ਨੂੰ ਮਿਲਾਇਆ ਔਰ ਹਾਈਕੋਰਟ ਦੇ ਜੱਜ ਨੇ ਸਾਨੂੰ ਤਸੱਲੀਆਂ ਦਿੱਤੀਆਂ ਕਿ ਕੱਲ੍ਹ ਨੂੰ ਅਸੀਂ ਯਾਨੀ 31 ਜੂਨ ਨੂੰ ਵੀ ਤੁਹਾਡੀਆਂ ਅਸੀਂ ਕਾਰਵਾਈ ਕਰਕੇ DC ਨੂੰ ਬੁਲਾ ਕੇ 2800 ਵਿਘੇ ਦੀ ਆਮਦਨ ਨੂੰ ਖਜ਼ਾਨੇ ਜਮ੍ਹਾਂ ਕਰਾਵਾਂਗੇ, ਪਰ ਨਹੀਂ ਕਰਾਈ। ਅਤੇ ਬਾਬਾ ਜੀ, ਤੁਹਾਡੇ ਘਰਦਿਆਂ ਨੇ, ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ ਪਰਿਵਾਰ 'ਚ? ਸਾਡੇ ਪਰਿਵਾਰ ਦੇ ਵਿੱਚ 2 ਲੜਕੇ ਨੇ ਜੀ, 1 ਲੜਕੀ ਹੈ, ਉਹ ਬੜੇ ਨੇਕ ਅਤੇ ਜਿੰਨਾ ਵੀ ਤੁਸੀਂ ਕਹਿ ਦਿਓ ਉਨੇ ਸਿਆਣੇ ਨੇ। ਫਿਰ ਤੁਸੀਂ ਉਹਨਾਂ ਨੇ ਤੁਹਾਨੂੰ ਰੋਕਿਆ ਨਹੀਂ ਵੀ ਤੁਸੀਂ ਇੰਜ ਨਾ ਕਰੋ, ਉੱਥੇ ਜਾ ਕੇ ਤੁਸੀਂ ਬੈਠੋਗੇ, ਤੁਹਾਨੂੰ ਬੇਰਾਮੀ ਹੋਣੀ ਹੈ, ਤੁਹਾਨੂੰ ਤਕਲੀਫਾਂ ਹੋਣੀ, ਪਰੇਸ਼ਾਨੀ ਹੋਣੀ ਹੈ? ਉਹ ਜਿਹੜਾ ਮਸਲਾ ਜੀ, ਉਹ ਸਾਡੇ ਲਾਇਕ ਬੱਚੇ ਬਹੁਤ ਲਾਇਕ ਨੇ, ਪੰਜਾਬ ਪੁਲਿਸ ਬਰਾਗੀ ਸਾਧਾਂ ਦੇ ਦਰਖਾਸਤਾਂ ਦੇ ਉੱਪਰ ਉਹਨਾਂ ਨੂੰ ਨਜਾਇਜ਼ ਤੰਗ ਕਰਦੀ ਹੈ, ਉਹਨਾਂ ਦੇ ਹੱਥ ਗੱਡੇ ਲਾਉਂਦੀ ਹੈ। ਕਿਉਂ ਵੀ ਤੁਸੀਂ ਸਰਕਾਰ ਦੇ ਖਿਲਾਫ਼ ਕਿਉਂ ਬੋਲਦੇ ਹੋ? ਉਹਨਾਂ ਨੇ ਹਥਿਆਰ ਚੱਕੇ ਆ ਵੈਸੇ, ਐਵੇਂ ਚੱਕੀ ਜਾਂਦੇ ਉਹਨਾਂ? ਵੈਸੇ ਮੈਨੂੰ ਜੀ ਘੱਟੋ ਘੱਟ ਅੱਜ ਤਾਈਂ 70 ਤੋਂ ਲੈ ਕੇ 1907 ਘੱਟੋ 50-60 ਦਫ਼ਾ 57 ਕਰਕੇ ਜੇਲ੍ਹਾਂ 'ਚ ਮੈਨੂੰ ਬੰਦ ਕੀਤਾ। ਕਿਉਂ ਵੀ ਤੁਸੀਂ ਬੋਲਦੇ ਹੋ ਤਾਂ ਕਰਕੇ? ਹਾਂ ਵੀ ਤੁਸੀਂ ਬੋਲਦੇ ਹੋ, ਸਭ ਬਹਾਨਾ ਲਾ ਦਿੰਦੇ, DC ਦਾ ਦਫ਼ਤਰ ਨੂੰ ਅੱਗ ਲਾਉਂਦੇ ਨੇ, SDM ਦਫ਼ਤਰ, ਜਦੋਂ ਕਿ ਮੇਰੇ ਕੋਲ ਕਦੀ ਮਾਚਿਸ ਨਹੀਂ ਫੜੀ, ਮੇਰੇ ਕੋਲ ਤੇਲ ਨਹੀਂ ਫੜਿਆ। ਇਹ ਕਿਉਂ ਤੁਹਾਨੂੰ ਪਰੇਸ਼ਾਨ ਕਿਉਂ ਕਰ ਰਹੇ ਨੇ ਫਿਰ ਬਈ, ਸਿਰਫ ਇਸੇ ਕਰਕੇ ਤੁਸੀਂ ਆਵਾਜ਼ ਚੁੱਕਦੇ ਪਏ ਹੋ? ਹਾਂਜੀ, ਵੀ ਉਹ ਜਿਹੜੇ ਵਿਰਾਗੀ ਸਾਧ ਨੇ, ਉਹਨਾਂ 40 ਰੁਪਏ ਦੀ ਸਰਕਾਰੀ ਜਾਇਦਾਦ ਹੈ, ਉਹ ਇਹਨਾਂ ਨੂੰ ਰਿਸ਼ਵਤਖੋਰੀਆਂ ਕਰਕੇ ਦਿੰਦੇ ਨੇ, ਸਾਡੇ ਕੋਲ ਪੈਸਾ ਨਹੀਂ ਹੈ ਦੇਣ ਨੂੰ, ਤਾਂ ਸਾਨੂੰ ਇੰਨੀ ਜਾਇਜ਼ ਤੌਰ 'ਤੇ ਤੰਗ ਕਰਦੇ ਨੇ। ਸਾਡਾ ਪਹਿਲਾ ਮੁੱਖ ਮਕਸਦ ਇਹ ਹੈ ਵੀ ਇਹ ਜੋ 2800 ਵਿਘੇ ਜ਼ਮੀਨ ਹੈ 40 ਰੁਪਏ ਦੀ, ਉਹਦੇ 1 ਨੰਬਰ 'ਤੇ ਬਿਰਧ ਆਸਰਮ ਬਣਾਏ ਜਾਣ, 2 ਨੰਬਰ 'ਤੇ ਗਊਸ਼ਾਲਾਵਾਂ ਨੂੰ ਜਗ੍ਹਾ ਦਿੱਤੀਆਂ ਜਾਣ, 3 ਨੰਬਰ 'ਤੇ ਜਾਨਵਰਾਂ ਨੂੰ ਪਾਣੀ ਪੀਣ ਨੂੰ, 4 ਨੰਬਰ 'ਤੇ ਜੋ ਰਾਜੇ ਮਹਾਰਾਜਾ ਨੇ ਤਲਾਅ 'ਤੇ ਖੂਹ ਬਣਾਏ ਸੀਗੇ ਉਹਨਾਂ ਨੂੰ ਸਾਫ਼ ਕਰਕੇ ਜੋ ਵਾਰਸਾਂ ਦਾ ਪਾਣੀ ਹੈ ਉਹ ਉਹਨਾਂ ਖੂਹਾਂ ਦੇ ਵਿੱਚ ਪਾਇਆ ਜਾਵੇ ਅਤੇ ਲੋਕਾਂ ਦਾ ਸੁਧਾਰ ਹੋ ਸਕੇ। ਬਾਕੀ ਰਹੀ ਗੱਲ ਜ਼ਿਮੀਦਾਰਾਂ ਦੀ, ਮੈਂ ਇਹ ਗੱਲ ਕਹਿੰਦਾ ਚਾਹੇ ਕੋਈ ਜ਼ਿਮੀਦਾਰ ਹੈ, ਚਾਹੇ ਕੋਈ ਮਹਾਜਨ ਹੈ, ਚਾਹੇ ਪੰਡਿਤ ਹੈ, ਚਾਹੇ ਕਿਸੇ ਵੀ ਕੌਮ ਦਾ ਹੈ, ਜਿਸ ਦੇ ਪਾਸ ਜ਼ਮੀਨ ਨਹੀਂ, ਉਹ ਖੇਤੀ ਕਰਨੀ ਚਾਹੁੰਦਾ ਹੈ, ਉਸ ਨੂੰ 2 ਕਿੱਲੇ ਜ਼ਮੀਨ ਬਿਜਲੀ ਪਾਣੀ ਮੋਟਰ ਲਾ ਕੇ ਦਿੱਤੀ ਜਾਵੇ ਫ੍ਰੀ, ਤਾਂ ਕਿ ਉਹ ਗਰੀਬ ਵਿਚਾਰੇ ਆਪਦਾ ਗੁਜ਼ਾਰਾ ਕਰ ਸਕਣ। ਜਿਸ ਦੇ ਪਾਸ ਮਕਾਨ ਨਹੀਂ ਹੈ, ਉਸ ਨੂੰ ਘੱਟੋ ਘੱਟ 2 ਵਿਸਵੇ ਦਾ ਚਾਹੀਦਾ, 5 ਵਿਸਵੇ ਦਾ, ਘੱਟੋ ਘੱਟ 2 ਵਿਸਵੇ ਮਕਾਨ ਉਹਨੂੰ ਗੁਜ਼ਾਰ ਵਾਸਤੇ ਦਿੱਤਾ ਜਾਵੇ, ਉਹਦਾ ਬਿਜਲੀ ਪਾਣੀ ਫ੍ਰੀ ਹੋਵੇ। ਮੈਂ ਗਰੀਬਾਂ ਦੇ ਭਲੇ ਲਈ ਕਾਰਜ ਕਰ ਰਿਹਾ। ਬਾਬਾ ਜੀ, ਲੋਕ ਇੱਥੇ ਆਪਣਾ ਫਾਇਦਾ ਪਹਿਲਾਂ ਦੇਖਦੇ ਨੇ, ਹੈ ਨਾ, ਅੱਜ ਕੱਲ੍ਹ ਲੋਕ ਬੜੇ ਸੈਲਫਿਸ਼ ਨੇ ਸਾਰੇ, ਤੁਸੀਂ ਲੋਕਾਂ ਲਈ ਆਵਾਜ਼ ਕਿਉਂ ਚੱਕ ਰਹੇ ਹੋ? ਮਤਲਬ ਅਸੀਂ ਲੋਕਾਂ ਲਈ ਆਵਾਜ਼ ਚੱਕ ਰਹੇ ਹਾਂ, ਅਸੀਂ ਸਾਡੇ ਜਿਹੜੇ ਗੁਰੂ ਪੀਰ ਨੇ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਹਾਂਜੀ, ਤੱਤੀਆਂ ਤਵੀਆਂ 'ਤੇ ਬੈਠੇ, ਦੇਗਾਂ ਦੇ ਵਿੱਚ ਵਾਲੇ ਖਾਧੇ ਗਏ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਰਾ ਸਰਬੰਸ ਸਵਾਰਤਾ, ਗੁਰੂ ਗੋਬਿੰਦ ਸਿੰਘ ਜੀ ਨੇ, ਅਸੀਂ ਆਪਦੇ ਇਸ਼ਟ ਨੂੰ ਨਹੀਂ ਭੁੱਲ ਸਕਦੇ, ਜੋ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਨੇ, ਮਰਨੀ ਮਰ ਜਾਓ ਪਰ ਆਪਦਾ ਧਰਮ ਨਾ ਛੱਡੋ। ਅਸੀਂ ਭਾਈ ਮੂਲਚੰਦ ਦੀ ਔਲਾਦ ਹੈ, ਅਸੀਂ ਗਰੀਬਾਂ ਦੇ ਭਲੇ ਲਈ, ਸਾਡੇ ਬੱਚੇ ਰਿਸ਼ਤੇਦਾਰ ਸਾਡੇ ਖਿਲਾਫ਼ ਨੇ ਵੀ ਤੁਸੀਂ ਇਹ ਕੰਮ ਛੱਡੋ, ਅਸੀਂ ਦੋਨੋਂ ਜਾਣੇ ਇਹ ਕੰਮ ਛੱਡ ਦੇਣੀ, ਇਹ ਤਾਂ ਜਿੰਦ ਜਾਨ ਦੇਣੀ ਹੈ, ਗਰੀਬਾਂ ਦੇ ਭਲੇ ਲਈ ਦੇਣੀ ਹੈ। ਜੋ ਸਾਡਾ ਧਰਮ ਸਥਾਨ ਹੈ ਸਾਡੇ ਗੁਰੂਆਂ ਦਾ, ਉਹ ਲਗਭਗ 2.5 ਵਿਘੇ ਦੇ ਵਿੱਚ ਬਣਿਆ ਹੋਇਆ, ਉਹ ਜਿਹੜੀ ਜਗ੍ਹਾ ਹੈ, ਬਰਤਨ ਭਾਂਡੇ ਗੈਸ ਸਿਲੰਡਰ ਵਗੈਰਾ ਵੀ ਅਸੀਂ ਦਿੰਦੇ ਹਾਂ, ਉਸ ਜਗ੍ਹਾ 'ਤੇ ਬਿਰਧ ਆਸਰਮ ਖੋਲ੍ਹਿਆ ਜਾਵੇ,
ਸਾਨੂੰ ਦੋ ਪ੍ਰਸਾਦੇ ਚਾਹੀਦੇ ਨੇ ਦੋਨਾਂ ਨੂੰ, ਸਾਨੂੰ ਕੋਈ ਐਬ ਨਹੀਂ, ਕੋਈ ਚੀਜ਼ ਕਿਸੇ ਦੀ ਲੋੜ ਨਹੀਂ। ਬਾਬਾ ਜੀ ਤੁਹਾਨੂੰ ਵੈਸੇ ਕਿੰਨੇ ਸਾਲ ਹੋ ਗਏ, ਕਿਹੜੇ ਸੰਨ ਤੋਂ ਤੁਸੀਂ ਸੰਘਰਸ਼ ਜਾਰੀ ਕੀਤਾ ਹੋਇਆ? 1970 ਤੋਂ ਸੰਘਰਸ਼ ਕੀਤਾ ਜੀ ਅਸੀਂ। ਸਾਡੇ ਮਾਤਾ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਸੀ ਵੀ ਮਰਨੀ ਮਰਜੀ ਪਰ ਆਪਦਾ ਧਰਮ ਨਾਲ ਸਾਡੀ ਗਰੀਬਾਂ ਦਾ ਭਲਾ ਕਰੀ। ਸਭ ਤੋਂ ਪਹਿਲਾਂ ਸਾਡੇ ਧਨੌਲੇ ਵਿੱਚ ਸ਼ਮਸ਼ਾਨ ਭੂਮੀ ਦੇ ਵਿੱਚ ਜਗ੍ਹਾ ਨਹੀਂ ਸੀ, ਉਹ ਬਣਾਈ। ਫਿਰ ਇੱਕ ਸਾਡੇ ਮਾਤਾ ਰਾਣੀ ਸੀ, ਉਹ ਗੁਰੂ ਦੇ ਸਿੱਖ ਢਾਉਂਦੇ ਸੀ, ਅਸੀਂ ਉਹ ਢਾਉਣ ਨਹੀਂ ਦਿੱਤੀ, ਉੱਥੇ ਕੁਰਬਾਨੀ ਦਿੱਤੀ ਜਿੱਥੇ ਵੀ ਸਾਡੀ ਲੋੜ ਪਈ। ਜਿਹੜਾ ਨਾਗਾਲੈਂਡ ਹੈ, ਜਦੋਂ ਨਾਗਾਲੈਂਡ ਦੇ ਵਿੱਚ ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸੀ, ਅਸੀਂ ਛੋਟੇ ਸੀ, ਔਰ ਪਟਿਆਲੇ ਦੇ ਵਿੱਚ ਮੈਂ ਜਦੋਂ ਰਿਕਸ਼ਾ ਦੇਖੀ ਵੀ ਮਨਾਦੀ ਹੋ ਰਹੀ ਹੈ, ਮੈਂ ਮੂਹਰੇ ਖੜ ਕੇ ਨਾਰੇ ਮਾਏ ਵੀ ਗਰੀਬਾਂ ਦਾ ਨਾ, ਵੀ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣਾ, ਇਹ ਨਾ ਕਿ ਤੁਸੀਂ ਸਾਡਾ ਹਿੰਦੁਸਤਾਨ ਛੋੜ ਜਾਓ। ਮੈਂ ਪਹਿਲੇ ਦਿਨੋਂ ਜੀ ਗਰੀਬਾਂ ਦਾ ਹਾਮੀ ਹੈ। ਬਾਬਾ ਜੀ ਤੁਹਾਨੂੰ ਲੱਗਦਾ ਕਿ ਹੁਣ ਸਰਕਾਰ ਸੁਣੂਗੀ, ਕਿਉਂਕਿ ਤੁਸੀਂ ਹੁਣ ਸਕੱਤਰੇਤ ਦੇ ਬਾਹਰ ਬੈਠੇ ਹੋ, 11 ਦਿਨ ਹੋ ਚੁੱਕੇ ਨੇ, ਹੁਣ ਤੱਕ ਕੋਈ ਸਾਰ ਨਹੀਂ ਲਈ ਤੁਹਾਡੀ, ਅਤੇ ਹੁਣ ਤੁਹਾਡੀਆਂ ਜੋ ਮੰਗਾਂ ਨੇ ਜਾਂ ਤੁਹਾਡੀ ਜੋ ਗੱਲ ਹੈ ਉਹ ਹੁਣ ਉਹਨਾਂ ਦੇ ਕੰਨਾਂ ਤੱਕ ਪਹੁੰਚੇਗੀ? ਸਾਨੂੰ ਜੀ ਉਹ ਫਿਰ ਮੁੜ ਉੱਥੇ ਹੀ ਗੱਲ ਆ ਜਾਂਦੀ ਹੈ, ਜੋ ਸਾਡੇ ਰਿਸ਼ੀਆਂ ਮੁਨੀਆਂ ਪੀਰ ਪੈਗੰਬਰਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ, ਮਰਨੀ ਮਰ ਜਾਓ ਪਰ ਆਪਦਾ ਧਰਮ ਨਾ ਛੱਡੋ। ਸਾਨੂੰ ਇਹ ਯਕੀਨ ਹੈ ਕਿ ਅਖੀਰ ਨੂੰ ਰਾਵਣ ਅਤੇ ਰਾਮ ਦਾ ਯੁੱਧ ਹੋਇਆ, ਜਿੱਤ ਕਿਸਦੀ ਹੋਈ? ਰਾਮ ਭਗਵਾਨ ਦੀ। ਰਾਵਣ ਪਾਪੀ ਸੀ, ਜ਼ੁਲਮ ਕਰਦਾ ਸੀ, ਸਿਕੰਦਰ ਬਾਦਸ਼ਾਹ ਨੇ ਦੁਨੀਆ ਦੀ ਮਾਇਆ ਇਕੱਠੀ ਕਰ ਲਈ, ਕੀ ਉਹ ਪੈਸਾ ਨਾਲ ਲੈ ਗਿਆ? ਸਾਨੂੰ ਇਹ ਯਕੀਨ ਹੈ ਕਿ ਜਿਹੜੀ ਸਾਡੀ ਆਵਾਜ਼ ਹੈ ਇਹ CBI ਦੀ ਜਾਂਚ ਕਰਾ ਕੇ ਗਰੀਬਾਂ ਦਾ ਪਲਾ ਹੋਊਗਾ। ਜਿੰਨੀ ਦੇਰ ਤੱਕ CBI ਦੀ ਜਾਂਚ ਮੁਕੰਮਲ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਇੱਥੇ ਸ਼ਹੀਦੀ ਪਾਵਾਂਗੇ। ਬਿਲਕੁਲ, ਤਾਂ ਪੱਕੇ ਪੈਰੀਂ ਬੈਠੇ ਨੇ, ਸੋਚ ਕੇ ਬੈਠੇ ਨੇ, ਕੰਮ ਕਰਵਾ ਕੇ ਜਾਵਾਂਗੇ। ਗਰੀਬਾਂ ਦੇ ਹੱਕ ਲਈ ਆਵਾਜ਼ ਬੁਲੰਦ ਕੀਤੀ ਹੈ ਬਾਬਾ ਜੀ ਨੇ, ਮਾਤਾ ਜੀ ਵੀ ਬੈਠੇ ਨੇ, ਕੋਸ਼ਿਸ਼ ਕਰਾਂਗੇ ਕਿ ਮਾਤਾ ਜੀ ਕੁਛ ਗੱਲ ਕਰਨਗੇ। ਮਾਤਾ ਜੀ ਸਤਿ ਸ਼੍ਰੀ ਅਕਾਲ। ਮਾਤਾ ਜੀ ਜਦੋਂ ਬਾਬਾ ਜੀ ਨੇ ਕਿਹਾ ਕਿ ਚੱਲ ਚੱਲੀਏ ਧਰਨਾ ਮਾਰਨਾ, ਤੁਹਾਡੇ ਦਿਮਾਗ 'ਚ ਨਹੀਂ ਆਇਆ ਵੀ ਉੱਥੇ ਜਾ ਕੇ ਬੈਠਾਂਗੇ, ਤੁਸੀਂ ਇਹਨਾਂ ਨੂੰ ਕਿਹਾ ਹੋਵੇ ਨਹੀਂ ਰਹਿਣ ਦਿਓ? ਅਤੇ ਵੀਰ ਜੀ ਹੁਣ ਮਾਂ ਪਿਓ ਨੇ ਮਗਰ ਰਹਾ ਉਹੀ ਕੰਮ ਕਰਨਾ, ਫਿਰ ਅਸੀਂ ਜਿੱਥੇ ਮਾਂ ਪਿਓ ਨੇ ਕਰਤਾ ਅਤੇ ਫਿਰ ਉੱਥੇ ਹੀ ਜਾਣਾ। ਅਤੇ ਰੋਟੀ ਪਾਣੀ ਦੀ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ? ਰੋਟੀ ਪਾਣੀ ਤਾਂ ਖਾਧਾ ਨਹੀਂ, ਕਿਹਾ ਦਿੰਦੇ ਤਾਂ ਅਸੀਂ ਮਹਿਕਮੇ ਵਾਲੇ ਬੋਲ ਪਏ ਸੀ ਸਾਡੇ ਨਾਲ। ਕੀ ਕਹਿੰਦੇ? ਉਹ ਕਹਿੰਦੇ ਉੱਠੋ ਉੱਠੋ, ਇੱਥੇ ਪੀ ਕੇ ਆ ਗਿਆ ਮੁੰਡਾ ਜਾ ਕੇ ਦਾਰੂ ਪੀ ਕੇ। ਹਾਂ, ਤਿੰਨ ਗੇੜੇ ਮਾਰੇ ਵੀ ਤੀ ਉਹਨੇ। ਹਾਂ, ਕਦੋਂ ਦੀ ਗੱਲ ਹੈ? ਪਰਸੋਂ ਦੀ ਹੈ। ਅਤੇ ਅਸੀਂ ਕੋਈ ਉਮੀਦਾਂ ਨਹੀਂ ਬੈਠੇ, ਬੇਇੱਜ਼ਤੀ ਨਹੀਂ ਅਸੀਂ ਵੀਰ ਜੀ, ਅਸੀਂ ਇੱਦਾਂ ਚੱਲ ਬੰਦੇ ਹਾਂ ਜੀ, ਐਵੇਂ ਬੈਠੇ ਅਸੀਂ। ਬਾਬਾ ਜੀ ਤੁਹਾਨੂੰ ਕਹਿੰਦੇ ਵੀ ਉੱਠੋ ਇੱਥੇ ਤੋਂ? ਹਾਂਜੀ, ਸਾਡੇ ਜਿਹੜੀ ਤਿੰਨ ਨੰਬਰ ਥਾਣੇ ਵਾਲਿਆਂ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ, ਸਾਨੂੰ ਜ਼ਬਰਦਸਤੀ ਚੱਕਦੇ ਸੀਗੇ, ਅਸੀਂ ਹੱਥ ਨਹੀਂ ਪਾਇਆ। ਫਿਰ ਮੈਂ ਖੁੰਡਾ ਚੱਕ ਲਿਆ ਵੀ ਆਓ ਜਿਹੜਾ ਲਵੇ ਲੱਗਦਾ, ਫਿਰ ਸਾਡੇ ਗੱਡੀ 'ਚੋਂ ਸਮਾਨ ਲਾ ਕੇ ਵੱਗ ਗਏ ਅਤੇ ਸਾਨੂੰ ਇੰਨੀਆਂ ਗੰਦੀਆਂ ਗੱਲਾਂ ਕੱਢੀਆਂ ਧੀਆਂ ਭੈਣਾਂ ਦੀਆਂ, ਸਾਡੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਉਹ ਲਫ਼ਜ਼ ਜਿਹੜੇ ਉਹਨਾਂ ਨੇ ਸਾਨੂੰ ਕਹੇ। ਇਹ ਪੁਲਿਸ ਤਾਂ ਬਹੁਤ ਸ਼ਿੱਦਤ ਕਰਦੀ ਹੈ ਜੀ, ਸਾਡੀਆਂ ਜੀ 100 ਨੰਬਰ 'ਤੇ ਸਾਡੀ ਫੋਨ ਨਹੀਂ ਚੱਕਦੇ, 181 ਨੰਬਰ 'ਤੇ ਸਾਡਾ ਫੋਨ ਨਹੀਂ ਚੱਕਦੇ, ਬੰਦ ਕਰ ਦਿੰਦੇ ਨੇ ਵੀ ਇਹ ਤਾਂ ਅਫਸਰਾਂ ਦੇ ਖਿਲਾਫ਼ ਬੋਲਦੇ ਨੇ। ਅਸੀਂ ਕਹਿੰਦੇ ਰਿਸ਼ਵਤਖੋਰੀ ਬੰਦ ਕਰੋ, ਸਰਕਾਰੀ ਜ਼ਮੀਨਾਂ ਦਾ ਸਹੀ ਪ੍ਰਬੰਧ ਕਰੋ, ਗਰੀਬ ਕੀ ਮੰਗਦਾ ਹੈ? ਰੋਟੀ ਕੱਪੜਾ ਔਰ ਮਕਾਨ। ਪੰਜਾਬ ਪੁਲਿਸ ਬੇਈਮਾਨ, ਰੈਵਨਿਊ ਮਹਿਕਮਾ ਬੇਈਮਾਨ।
ਆਪਦੇ ਪਿੱਛੇ ਨਹੀਂ ਫਿਰਦੇ ਵੀਰ ਜੀ। ਹਾਂਜੀ ਅਸੀਂ ਪਿੱਛੇ ਤੇ ਗਰੀਬਾਂ ਵਾਸਤੇ ਵੀ ਗਰੀਬਾਂ ਦਾ ਭਲਾ ਹੋਵੇ। ਅਸੀਂ ਤਾਂ ਰੋਟੀਆਂ ਦੋ ਖਾਣੀਆਂ ਵੀਰ ਜੀ, ਸਾਡੇ ਕੋਲ ਰੋਟੀਆਂ ਤਾਂ ਉਹਦਾ ਘੱਟ ਹੈ ਜੀ। ਅਸੀਂ ਕਹਿੰਦੇ ਵੀ ਗਰੀਬਾਂ ਨੂੰ ਇਹ ਕੁਛ ਮਿਲੇ। ਇਹ ਹੈ ਉਹ ਬਜ਼ੁਰਗ ਜੋੜਾ, ਤੁਸੀਂ ਗੱਲਾਂ ਸੁਣੀਆਂ। ਮਾਤਾ ਜੀ ਨੂੰ ਜਦੋਂ ਪੁੱਛਿਆ ਕਿ ਮਾਤਾ ਜੀ ਤੁਹਾਨੂੰ ਜਦੋਂ ਬਾਬਾ ਜੀ ਨੇ ਕਿਹਾ ਕਿ ਚੱਲ ਚੱਲੀਏ ਧਰਨਾ ਲਾਉਣਾ ਹੈ, ਤਾਂ ਤੁਹਾਡੇ ਦਿਮਾਗ 'ਚ ਇਹ ਨਹੀਂ ਆਇਆ ਵੀ ਪਰੇਸ਼ਾਨੀ ਹੋਣੀ ਹੈ, ਉਮਰ ਬਹੁਤ ਜ਼ਿਆਦਾ ਹੈ, ਅਤੇ ਉਹਨਾਂ ਨੇ ਕਿਹਾ ਜਿਸ ਦੇ ਲੜ ਮਾਪਿਆਂ ਨੇ ਲਾਇਆ ਉਸਦੇ ਪਿੱਛੇ ਪਿੱਛੇ ਮੈਂ ਵੀ ਤੁਰੀ ਹੋਈ ਹਾਂ, ਅਤੇ ਬਜ਼ੁਰਗ ਬਾਪੂ ਜੀ ਨੂੰ ਉਹ ਸਭ ਕੁਝ ਦਿਖਿਆ ਜੋ ਸਰਕਾਰਾਂ ਦੇ ਵਿੱਚ ਬੈਠੇ, ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠੇ ਅੱਖਾਂ ਵਾਲੇ ਲੋਕਾਂ ਨੂੰ, ਅਫਸਰਾਂ ਨੂੰ ਨਹੀਂ ਦਿਖ ਸਕਿਆ, ਉਹ ਇਸ ਅੰਨੇ ਬਾਪੂ ਨੂੰ ਦਿਖ ਗਿਆ ਕਿ ਹੁਣ ਇਹਨਾਂ ਦੀ ਆਵਾਜ਼ ਸਹੀ ਕੰਨਾਂ ਤੱਕ ਪਹੁੰਚੇਗੀ ਜਾਂ ਫਿਰ ਇਹ ਇੰਝ ਹੀ ਸਿਵਲ ਸਕੱਤਰੇਤ ਦੇ ਬਾਹਰ ਬੈਠ ਕੇ ਰੋਂਦੇ ਰਹਿਣਗੇ, ਤਸ਼ੱਦਤਾਂ ਝੱਲਦੇ ਰਹਿਣਗੇ। ਇਹ ਬਹੁਤ ਵੱਡਾ ਸਵਾਲ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਬਾਬਾ ਜੀ ਦਾ ਜੋ ਸੰਘਰਸ਼ ਹੈ ਉਹ ਬਿਲਕੁਲ ਠੀਕ ਹੈ, ਤਾਂ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰੋ ਅਤੇ ਜਿੱਥੇ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਜ਼ਰੂਰ ਪਹੁੰਚਾਓ। ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।